ਸ਼੍ਰੋਮਣੀ ਅਕਾਲੀ ਦਲ ਤਕਰੀਬਨ 2 ਪੀੜ੍ਹੀਆਂ ਇਸ ਕਾਂਗਰਸ ਪਾਰਟੀ ਦੇ ਨਾਲ ਰਿਹਾ ਹਾਂ। ਸਮੇਂ ਸਮੇਂ ਦੇ ਨਾਲ ਅਹੁਦੇ ਭੁਗਤਾਏ ਹੰਡਾਏ ਨੇ। ਜਿਸ ਵੀ ਅਹੁਦੇ ਦੇ ਪਾਰਟੀ ਨੇ ਕੋਈ ਵੀ ਹੁਕਮ ਲਾਇਆ ਉਸ ਨੂੰ ਬਾਖੂਬ ਨਿਭਾਇਆ ਸੀ। ਪਰ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਜਿਸ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਕੰਮ ਕਰਿਆ ਕਰਦੇ ਸਾਂ, ਅੱਜ ਉਹ ਕਾਂਗਰਸ ਪਾਰਟੀ ਨਹੀਂ ਰਹੀ। ਅੱਜ ਦੀ ਕਾਂਗਰਸ ਪਾਰਟੀ ਸਰਮਾਏਦਾਰਾਂ ਦੀ ਪਾਰਟੀ ਹੈ, ਮਾਇਆ ਦਾ ਜ਼ੋਰ ਹੈ। ਜੇ ਤਾਂ ਤੁਹਾਡੇ ਕੋਲ ਮਾਇਆ ਤਾਂ ਕਾਂਗਰਸ ਪਾਰਟੀ 'ਚ ਰਹੋ, ਜੇ ਮਾਇਆ ਨਹੀਂ ਹੈਗੀ ਤਾਂ ਕਾਂਗਰਸ ਪਾਰਟੀ 'ਚ ਤੁਹਾਡੀ ਕੋਈ ਬੁੱਕਤ ਨਹੀਂ ਹੈ। ਤਰਨ ਤਾਰਨ ਦੇ ਖਡੂਰ ਸਾਹਿਬ ਵਿਖੇ ਅੱਜ ਪੰਜਾਬ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸਿੰਘ ਘਸੀਟਪੁਰਾ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਜਿਸ ਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਮਨਜੀਤ ਸਿੰਘ ਘਸੀਟਪੁਰਾ ਕਾਂਗਰਸ ਦੇ ਵੱਖ ਵੱਖ ਅਹੁਦਿਆਂ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹਨਾਂ ਨੇ 2007 ਦੀ ਤਰਨ ਤਾਰਨ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ। ਸਭ ਤੋਂ ਵੱਧ ਮੇਰੇ ਮਨ ਨੂੰ ਉਦੋਂ ਦੁੱਖ ਲੱਗਾ ਜਦੋਂ ਕਾਂਗਰਸ ਦੇ ਸਰਕਾਰ ਦੇ ਵਿੱਚ ਇੱਕ ਬਹੁਤ ਵੱਡੀ ਹਨੇਰੀ ਝੁੱਲੀ, ਖਾਸ ਕਰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਜੋ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਰਾਬ ਦਾ ਇੱਕ ਬੜਾ ਵੱਡਾ ਸਕੈਂਡਲ ਸਾਹਮਣੇ ਆਇਆ। ਉਦੋਂ ਮਨ ਨੂੰ ਬੜੀ ਠੇਸ ਪਹੁੰਚੀ ਵੀ ਜਿਹੜੀ ਸਰਕਾਰ ਦੇ ਵਿੱਚ ਜਿਨ੍ਹਾਂ ਲੀਡਰਾਂ ਦੇ ਨਾਲ ਕੰਮ ਕਰ ਰਹੇ ਹਾਂ ਜੀ, ਉਹਨਾਂ ਨੇ ਇਹੋ ਜਿਹੇ ਕੰਮ ਕਰਾਉਣੇ ਆ ਕਿ ਨਸ਼ਿਆਂ ਦੇ ਖਿਲਾਫ਼ ਜਦੋਂ ਅਸੀਂ ਲੜਾਈ ਲੜਦੇ ਹਾਂ ਵੀ ਨਸ਼ਿਆਂ ਦੇ ਅਸੀਂ ਖਿਲਾਫ਼ ਚੱਲਣਾ, ਪਰ ਸਾਡੀ ਸਰਕਾਰ ਦੇ ਵਿੱਚ ਨਸ਼ਿਆਂ ਦੇ ਨਾਲ ਇੰਨੀਆਂ ਮੌਤਾਂ ਹੋ ਜਾਣੀਆਂ, ਉਸ ਵੇਲੇ ਮਨ ਦੀ ਆਵਾਜ਼ ਦੇ ਨਾਲ ਮੈਂ ਅਸਤੀਫਾ ਦਿੱਤਾ। ਦੇਖੋ ਜੀ, ਪਾਰਟੀ 'ਚ ਸ਼ਾਮਲ ਹੋ ਕੇ ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣਾਂਗੇ, ਜੋ ਵੀ ਹੁਕਮ ਲਾਊਗੀ ਪਾਰਟੀ ਉਹਨੂੰ ਆਪਣੀ ਮਨ ਤਨ ਦੇ ਨਾਲ ਪੂਰਾ ਨਿਭਾਵਾਂਗੇ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।